are watching Channel Y. Channel Y, a South Asian Canadian channel. ਨਵਾਂ ਸ਼ਹਿਰ ਦੀ ਕੋਰਟ ਵੱਲੋਂ ਤਿੰਨ ਨੌਜਵਾਨਾਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਉਣ ਤੋਂ ਬਾਅਦ ਇਹ ਮਾਮਲਾ ਹੁਣ ਭਗਦਾ ਹੀ ਜਾ ਰਿਹਾ ਹੈ। ਪੰਜਾਬੀ ਏਕਤਾ ਪਾਰਟੀ ਦੇ ਪ੍ਰਧਾਨ ਸੁਖਪਾਲ ਸਿੰਘ ਖਹਿਰਾ ਵੀ ਇਹਨਾਂ ਤਿੰਨ ਸਿੱਖ ਨੌਜਵਾਨਾਂ ਦੇ ਹੱਕ ਵਿੱਚ ਨਿਤਰ ਆਏ ਨੇ। ਉਹਨਾਂ ਨੇ ਕਿਹਾ ਕਿ ਕਿਸ ਤਰ੍ਹਾਂ ਪੰਜਾਬ ਪੁਲਿਸ ਬੇਗੁਨਾਹ ਗਾਰਾਂ ਨੂੰ ਫਸਾਉਂਦੀ ਹੈ। ਤੁਸੀਂ ਸਾਰੇ ਜਾਣਦੇ ਹੋ ਕਿ ਨਵਾਂ ਸ਼ਹਿਰ ਦੀ ਇੱਕ ਅਦਾਲਤ ਨੇ ਅਰਵਿੰਦਰ ਸਿੰਘ, ਰਣਜੀਤ ਸਿੰਘ ਅਤੇ ਸੁਰਜੀਤ ਸਿੰਘ ਨੂੰ ਮਹਿਜ਼ ਲਿਟਰੇਚਰ ਦੇ ਆਧਾਰ ਦੇ ਉੱਤੇ, ਲਿਟਰੇਚਰ ਦੀ ਬਰਾਮਦਗੀ ਸ਼ੋਅ ਕਰਕੇ ਔਰ ਉਹਨਾਂ 'ਤੇ ਕੁਛ ਇੱਕ ਟੈਲੀਫੋਨ ਦੀ ਰਿਕਵਰੀ ਪਾ ਕੇ, ਕੁਛ ਪੋਸਟਰਸ ਦਾ ਆਧਾਰ ਬਣਾ ਕੇ ਅਰਵਿੰਦਰ ਸਿੰਘ ਅਤੇ ਉਹਨਾਂ ਦੇ ਸਾਥੀਆਂ ਨੂੰ ਦੇਸ਼ ਦੇ ਖਿਲਾਫ ਵਾਰ ਵੇਜ ਕਰਨ ਦੇ ਧਾਰਾ ਵਿੱਚ ਉਹਨਾਂ ਨੂੰ ਉਮਰ ਕੈਦ ਕੀਤੀ ਸੀਗੀ। ਇਹ ਆਪਣੇ ਆਪ ਦੇ ਵਿੱਚ ਬਹੁਤ ਇੱਕ ਅਫਸੋਸਨਾਕ, ਬਹੁਤ ਦੁੱਖਦਾਈ ਇੱਕ ਕੋਰਟ ਦਾ ਫੈਸਲਾ ਸੀਗਾ, ਜਿਹਦੇ 'ਤੇ ਸਾਰੀ ਦੁਨੀਆ ਦੇ ਵਿੱਚ ਬੈਠੇ ਪੰਜਾਬੀਆਂ ਨੇ ਅਤੇ ਸਿੱਖਾਂ ਨੇ ਰੋਸ ਜਤਾਇਆ। ਕਿਉਂਕਿ ਜਿਹੜੀਆਂ ਕਿਤਾਬਾਂ ਦੇ ਬਾਰੇ ਕਿਹਾ ਗਿਆ ਜਾਂ ਜਿਹੜੀਆਂ ਫੋਟੋਜ਼ ਦੇ ਬਾਰੇ ਕਿਹਾ ਗਿਆ, ਉਹ ਫੋਟੋਜ਼ ਤਾਂ ਪਹਿਲਾਂ ਹੀ ਦਰਬਾਰ ਸਾਹਿਬ ਦੀ ਜਿਹੜੀ ਗੈਲਰੀ ਹੈ, ਮਿਊਜ਼ੀਅਮ ਹੈ, ਉਹਦੇ ਵਿੱਚ ਉਹ ਫੋਟੋਆਂ ਲੱਗੀਆਂ ਹੋਈਆਂ ਸੀ। ਇਹਦਾ ਮਤਲਬ ਕਿ ਉਹ ਇੱਕ ਜਨਤਕ ਡਾਕੂਮੈਂਟ, ਜਨਤਕ ਫੋਟੋਆਂ ਸੀਗੀਆਂ। ਸਭ ਤੋਂ ਸਨਸਨੀਖੇਜ਼ ਗੱਲ ਹੈ ਕਿ ਜਿਹੜਾ ਅਰਵਿੰਦਰ ਸਿੰਘ, ਜਿਹਨੂੰ ਉਮਰ ਕੈਦ ਹੋਈ ਆ ਭਾਰਤ ਦੇ ਖਿਲਾਫ ਜੰਗ ਦੇ ਐਲਾਨ ਦੀ, ਉਹ ਅਰਵਿੰਦਰ ਸਿੰਘ ਤਾਂ 25 ਮਈ 2016 ਦਾ ਜੇਲ੍ਹ ਵਿੱਚ ਹੈ। ਜਿਹੜਾ ਵਿਅਕਤੀ 25 ਮਈ 2016 ਦਾ ਜੇਲ੍ਹ ਵਿੱਚ ਆ, ਉਹ ਪਹਿਲੀ ਗੱਲ ਤਾਂ 17 ਦੇ ਵਿੱਚ ਇੱਕ ਬੇਅਦਬੀ ਹੁੰਦੀ ਆ, ਫਿਰ 18 ਦੇ ਵਿੱਚ ਇੱਕ ਬੇਅਦਬੀ ਹੁੰਦੀ ਆ, ਅਤੇ ਫਿਰ ਉਹ 2019 ਦੇ ਵਿੱਚ ਇੱਕ ਵਿਅਕਤੀ ਜਿਹੜਾ ਪਹਿਲਾਂ ਹੀ ਪੁਲਿਸ ਦੇ ਕੋਲ ਆ, ਜੇਲ੍ਹ ਵਿੱਚ ਆ, NDPS ਕੇਸ ਦੇ ਵਿੱਚ, ਉਹਨੂੰ ਪ੍ਰੋਡਕਸ਼ਨ ਵਾਰੰਟ 'ਤੇ ਲਿਆਂਦਾ ਜਾਂਦਾ। ਇੱਕ ਸਾਲ ਬਾਅਦ ਇਹਨਾਂ ਨੂੰ ਚੇਤੇ ਆਉਂਦਾ ਕਿ ਪਿਸਤੌਲ ਵੀ ਲੱਭਣਾ ਪੁਲਿਸ ਨੇ, ਔਰ ਫਿਰ ਗੁਰਦੀਪ ਸਿੰਘ ਦੇ ਕੋਲੋਂ ਬਿਆਨ ਦਵਾਉਂਦੇ ਨੇ ਕਿ ਅਰਵਿੰਦਰ ਸਿੰਘ ਨੇ ਮੈਨੂੰ ਇੱਕ ਪਿਸਤੌਲ ਅਤੇ 6 ਗੋਲੀਆਂ ਦਿੱਤੀਆਂ ਨੇ, ਅਤੇ ਕਿਹਾ ਵਾ ਕਿ ਬੇਅਦਬੀਆਂ ਦਾ ਬਦਲਾ ਤੂੰ ਲੈਣਾ ਹੈ। ਹੁਣ ਬੇਅਦਬੀਆਂ ਦਾ ਬਦਲਾ ਤਾਂ ਤਾਂ ਹੀ ਉਹ ਲੈਂਦਾ ਜਦੋਂ ਦੂਸਰੀ ਬੇਅਦਬੀ ਵੀ ਹੋ ਚੁੱਕੀ ਸੀਗੀ, ਭਾਵ ਕਿ ਬੇਅਦਬੀ ਜਿਹੜੀ ਦੂਸਰੀ ਹੋਈ ਆ ਉਹ 2018 ਦੀ ਜੂਨ ਵਿੱਚ ਹੁੰਦੀ ਆ। ਬਦਲਾ ਪਹਿਲਾਂ ਤਾਂ ਲੈ ਨਹੀਂ ਸੀ ਸਕਦਾ ਉਹ, ਔਰ ਇਸ ਤੋਂ ਪਹਿਲਾਂ ਉਹ 25 ਮਈ 2016 ਦਾ ਪਹਿਲਾਂ ਹੀ ਜੇਲ੍ਹ ਵਿੱਚ ਹੈ। ਸੋ ਪੁਲਿਸ ਨੇ ਇਹ ਮਿੱਥ ਕੇ ਆਪਣੇ ਗੁਨਾਹ ਨੂੰ ਲੁਕਾਉਣ ਵਾਸਤੇ, ਆਪਣੇ ਝੂਠੇ ਮੁਕੱਦਮਿਆਂ ਜੋ ਇਹ ਨਲੇਕੀਆਂ ਕਰਦੇ ਆ ਪੁਲਿਸ ਵਾਲੇ, ਉਹਨੂੰ ਉਸ ਗੁਨਾਹ ਨੂੰ ਲੁਕਾਉਣ ਵਾਸਤੇ ਜਦੋਂ ਪਬਲਿਕ ਡੋਮੇਨ ਵਿੱਚ ਕ੍ਰਿਟੀਸਿਜ਼ਮ ਹੋਇਆ, ਉਹਨਾਂ ਨੇ ਕਿਹਾ ਕਿ ਹੁਣ ਆਪਾਂ ਐਂ ਕਰੀਏ, ਅਰਵਿੰਦਰ ਨੂੰ ਸ਼ੋਅ ਕਰੀਏ ਕਿ ਇਹ ਕੱਟੜ ਕ੍ਰਿਮੀਨਲ ਆ। ਇਹ ਇਕੱਲਾ ਉਸ ਕੇਸ ਵਿੱਚ ਨਹੀਂ, ਇਹ ਇੱਕ ਪਿਸਤੌਲ ਵੀ ਇਹਨੇ ਦਿੱਤਾ ਸੀਗਾ ਗੁਰਦੀਪ ਸਿੰਘ ਨੂੰ। ਮੈਂ ਹੁਣ ਮੀਡੀਆ ਦੇ ਸਾਹਮਣੇ ਚੁਣੌਤੀ ਦਿੰਦਾ ਵਾਂ ਪੁਲਿਸ ਨੂੰ ਕਿ ਉਹ ਦੱਸਣ ਕਿ ਕੀ ਅਰਵਿੰਦਰ ਸਿੰਘ 25 ਮਈ 2016 ਤੋਂ ਜਿਹੜਾ ਜੇਲ੍ਹ ਵਿੱਚ ਹੈ, ਉਹਨੇ ਗੁਰਦੀਪ ਸਿੰਘ ਨੂੰ ਪਿਸਤੌਲ ਕਿਹੜੇ ਵੇਲੇ ਦਿੱਤਾ। ਯੂ ਆਰ ਵਾਚਿੰਗ ਚੈਨਲ Y, ਚੈਨਲ Y, a South Asian Canadian channel.